गुड आफ्टरनून जी, कल जी वारदात हुई थी 50 लाख की, उहदे विचों असी कल दोषी नूं गिरफ्तार कर लिया सी। इहनूं कह दो कंडक्टर जां क्लीनर जां हेल्पर टाइप है, फिर असी वैपन रिकवर कर लिया। ਤੇ ਅਸਲ ਦੇ ਵਿੱਚ ਜਦੋਂ ਨਾਭਾ ਦੀ ਵਾਰਦਾਤ ਕਰਨ ਆਏ, ਫੱਟੀ ਜਿਹਨੂੰ ਕਹਿੰਦੇ ਆ, ਫੱਟੀ ਉੱਥੇ ਇਹ ਟਿੱਕ ਪੀ ਸੀ ਜਦੋਂ ਕੈਰੀ ਕਰਦੇ ਆ, ਤੇ ਇਹ ਰਾਈਫਲ ਰਿਕਵਰ ਹੋ ਗਈ ਆ। ਜਿਹੜਾ ਕੈਸ਼ ਉਹਦਾ ਅਸੀਂ ਖਾਤੇ ਉਹਦੇ ਸਾਰੇ ਜਾ ਕੇ ਪਾਰਟੀਆਂ ਗਈਆਂ ਸਵੇਰੇ ਸੰਗਰੂਰ, ਇਹਦੇ ਵਿੱਚ ਵੱਖ ਵੱਖ ਬੈਂਕਸ ਦੇ ਖਾਤੇ ਆ, ਜਿਹਦੇ ਵਿੱਚੋਂ ਇਹ ਇਹਨਾਂ ਨੇ ਹੋਈ ਗਈ ਹੈ ਉਹਦੇ ਵਿੱਚੋਂ ਇਹਦੇ ਵਿੱਚ। ਕੱਲ੍ਹ ਨਾਭੇ ਵਿਖੇ ਇੱਕ ਐਸ ਬੀ ਆਈ ਬੈਂਕ ਦੇ ਵਿੱਚ ਡਕੈਤੀ ਹੋਈ ਸੀ, ਜਿਹੜੀ ਉਹਦੇ ਕੈਸ਼ ਟ੍ਰਾਂਸਫਰ ਹੋ ਰਿਹਾ ਸੀ। ਉਹਦੇ ਵਿੱਚੋਂ ਅਸੀਂ ਪਟਿਆਲਾ ਪੁਲਿਸ ਨੇ ਇਮੀਡੀਏਟ ਕਾਰਵਾਈ ਕਰਦਿਆਂ ਹੋਇਆ ਉਹਦੇ ਵਿੱਚੋਂ ਅਸੀਂ ਦੋਸ਼ੀਆਂ ਨੂੰ ਕੱਲ੍ਹ ਹੀ 4 ਘੰਟਿਆਂ ਦੇ ਵਿੱਚ ਕਹਿ ਲਓ ਗ੍ਰਿਫਤਾਰ ਕਰ ਲਿਆ ਸੀ। ਉਹਦੇ ਵਿੱਚੋਂ 50 ਲੱਖ ਕੈਸ਼ ਅਤੇ ਦੋਨੇ ਦੋਸ਼ੀ ਗ੍ਰਿਫਤਾਰ ਹੋ ਗਏ ਸੀ। ਇੱਕ 12 ਬੋਰ ਦੀ ਰਾਈਫਲ ਅਤੇ ਇੱਕ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਸੀ। ਅਤੇ ਉਹਦੀ ਅੱਗੇ ਪੁੱਛਗਿੱਛ ਦੇ ਵਿੱਚ ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਜਿਹੜੀ ਹੈਗੀ ਹੈ ਮਈ 18 ਅਤੇ ਇੱਕ ਜੁਲਾਈ 18, ਜਿਹਦੇ 'ਚ 9 ਲੱਖ ਰੁਪਇਆ ਸੀ ਐੱਲ ਟਾਵਰ ਸੰਗਰੂਰ ਅਤੇ ਇੱਕ ਭਾਈ ਗੁਰਦਾਸ ਕੋਲ 5 ਲੱਖ ਰੁਪਇਆ, ਜਿਹੜਾ ਇਹਨਾਂ ਨੇ ਉੱਥੇ ਵੀ ਦੋਨੇ ਗਾਰਡਸ ਨੂੰ ਗੋਲੀ ਮਾਰ ਕੇ ਲੈ ਕੇ ਗਏ ਸੀ। ਉਹ ਵਾਰਦਾਤਾਂ ਵੀ ਇਹਨਾਂ ਵੱਲੋਂ ਕੀਤੀਆਂ ਗਈਆਂ, ਪਰ ਮੋਡਲ ਸਪਰੈਂਡੀ ਚੇਂਜ ਸੀ, ਉਹਦੇ ਵਿੱਚ ਉਹਨਾਂ ਨੇ ਹੈਲਮਟ ਪਾ ਕੇ ਵਾਰਦਾਤ ਕੀਤੀ। ਸੈਕਿੰਡ ਦੇ ਵਿੱਚ ਇੱਕ ਨੇ ਹੈਲਮਟ ਪਾਈ, ਇੱਕ ਨੇ ਜਿਹੜੇ ਪੱਗ ਬੰਨ੍ਹੀ, ਅਤੇ ਜਿਹੜੀ ਨਾਭੇ ਵਾਲੀ ਵਾਰਦਾਤ ਆ ਦੋਨਾਂ ਨੇ ਪੱਗ ਬੰਨ੍ਹ ਕੇ ਕੀਤੀ। ਇਹ ਤਿੰਨੇ ਵਾਰਦਾਤਾਂ ਇਹ ਟਰੇਸ ਹੋ ਗਈਆਂ। ਉਸ ਤੋਂ ਇਲਾਵਾ ਜਿਹੜੀ ਇੱਕ ਬੜੀ ਸੈਂਸੇਸ਼ਨਲ 37 ਲੱਖ ਰੁਪਇਆ ਜਿਹੜੀ ਨਾਭੇ ਵਿਖੇ ਵਾਰਦਾਤ ਹੋਈ ਸੀ, ਉਹ ਇਹਨਾਂ ਵੱਲੋਂ ਕੀਤੀ ਪਾਈ ਗਈ ਹੈ, ਉਹ ਵੀ ਅਸੀਂ ਇਹਨਾਂ ਤੋਂ ਟਰੇਸ ਹੋ ਗਿਆ। ਇਹਦੇ ਅਕਾਊਂਟ ਦੇ ਵਿੱਚ ਜਿਹੜਾ ਮੁੱਖ ਮੁਲਜ਼ਮ ਜਿਹਨੂੰ ਕਹਿ ਦਿਓ ਅਮਨਜੀਤ ਉਰਫ ਗੁਰੀ, ਜਿਹਦੇ ਵਿੱਚੋਂ 24 ਲੱਖ 6 ਵੱਖ ਵੱਖ ਅਕਾਊਂਟਾਂ ਦੇ ਵਿੱਚ ਸੰਗਰੂਰ ਆਈ ਸੀ ਆਈ ਸੀ ਬੈਂਕ ਅਤੇ ਕੈਨਰਾ ਬੈਂਕ ਦੇ ਵਿੱਚ ਜਿਵੇਂ ਹੈਗਾ, ਉਹ ਅਸੀਂ ਇਹਦੀ ਤਫਤੀਸ਼ ਦੌਰਾਨ ਉਹ ਬੈਂਕ ਮੈਨੇਜਰ ਨੂੰ ਲਿਖ ਕੇ ਇਹਦੇ ਅਕਾਊਂਟ ਸੀਜ਼ ਕਰਾਤੇ ਹੈ, ਜਿਹੜਾ ਉਹਨੂੰ ਪਤਾ ਲੱਗ ਜਾਵੇ। ਇਸ ਤੋਂ ਇਲਾਵਾ ਇਹਦੇ ਤੋਂ ਬਹੁਤ ਸਾਰੇ ਵਹੀਕਲ, ਇੱਕ ਬੁਲਟ ਮੋਟਰਸਾਈਕਲ ਜਿਹੜਾ ਕਿ ਸੁਨਾਮ ਵਿੱਚੋਂ ਖੋਇਆ ਗਿਆ ਸੀ, ਉਹ ਜਿਹੜੀ ਨਾਭੇ ਵਾਲੀ ਵਾਰਦਾਤ 'ਚ ਵਰਤਿਆ ਗਿਆ ਉਹ ਰਿਕਵਰ ਹੋ ਗਿਆ। ਇੱਕ ਜਿਪਸੀ ਚਿੱਟੇ ਰੰਗ ਦੀ ਰਿਕਵਰ ਹੋਈ ਹੈ, ਇੱਕ ਪਲਸਰ ਮੋਟਰਸਾਈਕਲ ਜਿਹੜਾ ਦੋਨੇ ਸੰਗਰੂਰ ਦੀਆਂ ਵਾਰਦਾਤਾਂ 'ਚ ਵਰਤਿਆ ਗਿਆ ਉਹ ਰਿਕਵਰ ਹੋਇਆ, ਇੱਕ ਫਿਸਟਾ ਕਾਰ ਰਿਕਵਰ ਹੋਈ ਹੈ, ਇੱਕ ਯਾਮਾ ਮੋਟਰਸਾਈਕਲ ਰਿਕਵਰ ਹੋਇਆ। ਇਸ ਤੋਂ ਇਲਾਵਾ ਜਿਹੜੀ ਇਹਦੇ 'ਚ ਅਮਨਜੀਤ ਗੁਰੀ ਦੇ ਕੋਲ 4 ਇਹਨੇ ਟਰੱਕ ਜਿਹੜੇ ਕਿ ਨਾਭਾ ਵਾਰਦਾਤ ਜਿਹੜੀ 2014 ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਦੇ ਉਹ ਲਏ ਹੋਏ ਆ, ਸੈਕਿੰਡ ਹੈਂਡ ਲਏ ਹੋਏ ਆ, ਪਰ ਜਿਹੜੇ ਆਇਲ ਕੰਪਨੀ ਦੇ ਵਿੱਚੋਂ ਤੇਲ ਟ੍ਰਾਂਸਪੋਰਟ ਕਰਦੇ ਆ ਉਹ ਪਤਾ ਲੱਗ ਗਿਆ, ਉਹ ਅਸੀਂ ਅਜੇ ਕਬਜ਼ੇ 'ਚ ਲੈਣੇ ਬਾਕੀ ਹੈ। ਅਤੇ ਇਹਨੂੰ ਕਹਿ ਸਕਦੇ ਹਾਂ ਵੀ ਇੱਕ ਪਟਿਆਲਾ ਪੁਲਿਸ ਦੀ ਤੁਰੰਤ ਅਤੇ ਬੜੀ ਛੇਤੀ ਕਾਰਵਾਈ ਦੇ ਨਾਲ ਇੱਕ ਮੇਜਰ ਕੇਸ 50 ਲੱਖ ਡਕੈਤੀ ਦਾ ਟਰੇਸ ਹੋਣ ਦੇ ਨਾਲ ਨਾਲ ਇੱਕ 3 ਹੋਰ ਅਹਿਮ ਵਾਰਦਾਤਾਂ ਜਿਹੜੀਆਂ ਸੰਗਰੂਰ ਅਤੇ ਪਟਿਆਲੇ ਜ਼ਿਲ੍ਹੇ 'ਚ ਹੋਈਆਂ ਸੀ ਉਹਨੂੰ ਟਰੇਸ ਕਰਨ 'ਚ ਕਾਮਯਾਬ ਹੋਏ। ਇਹਦੇ ਵਿੱਚ ਇੱਕ ਹੋਰ ਜਿਹੜੀ ਕੱਲ੍ਹ ਜਿਹੜੀ ਰਾਈਫਲ ਬਰਾਮਦ ਹੋਈ ਸੀ ਉਹ ਜਿਹੜੀ ਰਾਈਫਲ ਛੋਟੀ ਰਾਈਫਲ ਹੈ ਜਿਹੜੀ ਸੰਗਰੂਰ ਵਾਰਦਾਤ ਦੇ ਵਿੱਚ ਇਹਨਾਂ ਨੇ ਖੋਈ ਸੀ, ਜਿਹੜੀ ਸਿਕਿਉਰਿਟੀ ਗਾਰਡ ਦੇ ਗੋਲੀ ਮਾਰ ਕੇ ਉਹ ਰਾਈਫਲ ਲੈ ਕੇ ਆਏ ਸੀ, ਜਿਹੜੀ ਉਹ ਇਹਨਾਂ ਤੋਂ ਰਿਕਵਰ ਹੋ ਗਈ ਸੀ। ਜਿਹੜੀ ਨਾਭਿਓਂ ਕੱਲ੍ਹ ਵਾਰਦਾਤ ਦੌਰਾਨ ਇਹਨਾਂ ਨੇ ਰਾਈਫਲ ਖੋਈ ਸੀ, ਉਹ ਰਸਤੇ ਦੇ ਵਿੱਚ ਜਾਂਦੇ ਆ ਕਮਾਦ ਦੇ ਵਿੱਚ, ਕਿਉਂਕਿ ਬੈਰਲ ਵੱਡੀ ਹੋਣ ਕਰਕੇ ਉਹਨੂੰ ਸਿੱਟ ਗਏ ਸੀ, ਉਹ ਅਸੀਂ ਉਹ ਵੀ ਰਿਕਵਰ ਕਰ ਲਈ ਹੈ। ਰਸਤੇ ਦੇ ਵਿੱਚ ਇਹਨਾਂ ਨੇ ਟਰੰਕ ਨੂੰ ਇੱਕ ਕਮਾਦ ਦੇ ਕੋਲ ਟਰੰਕ ਨੂੰ ਤੋੜ ਕੇ ਪੈਸਾ ਸਾਰਾ ਕੱਢ ਕੇ ਬੋਰੀ ਦੇ ਵਿੱਚ ਪਾ ਲਿਆ ਸੀ, ਉਹ ਟਰੰਕ ਵੀ ਇਹਨਾਂ ਦੀ ਨਿਸ਼ਾਨਦੇਹੀ ਦੇ ਵਿੱਚ ਜਾ ਕੇ ਉੱਥੋਂ ਟਰੰਕ ਵੀ ਸਾਨੂੰ ਰਿਕਵਰ ਹੋ ਗਿਆ। ਨਹੀਂ, ਬੇਸਿਕਲੀ ਇਹਦੇ 'ਚ ਛੇਤੀ ਅਮੀਰ ਬਣਨ ਦੀ ਜਿਹੜੀ ਚਾਹਤ, ਇਹਨੂੰ ਕਹਿ ਸਕਦੇ ਹਾਂ ਛੇਤੀ ਅਮੀਰ ਬਣਨ ਦੀ ਚਾਹਤ ਤੋਂ ਹੀ ਇਹਨੂੰ ਕਹਿ ਸਕਦੇ ਹਾਂ ਵੀ ਜਿਹੜੀ ਬੰਦੇ ਨੂੰ ਗੋਲੀ ਮਾਰ ਕੇ ਲੁੱਟ ਖੋ ਕਰਨੀ, ਅਤੇ ਇੰਨਾ ਹੌਸਲਾ ਵੱਧ ਗਿਆ ਸੀ ਨਾਭੇ ਵਾਲੀ ਵਾਰਦਾਤ ਤੋਂ ਬਾਅਦ, ਜਿਹੜੀ 2014 ਦੇ ਵਿੱਚ ਵਾਰਦਾਤ ਕੀਤੀ ਹੈ, ਇੱਕ ਹੌਸਲਾ ਵੱਧ ਗਿਆ ਸੀ ਅਤੇ ਉਹਦੇ ਹੀ ਨੈਕਸਟ ਕੜੀ ਦੇ ਵਿੱਚ 2 ਗੋਲੀਆਂ ਵਾਰੀ 2 ਵਾਰਦਾਤਾਂ ਸਿਕਿਉਰਿਟੀ ਗਾਰਡ ਕੋਲ, ਅਸਲੇ ਵਾਲੇ ਬੰਦੇ ਕੋਲ ਸੰਗਰੂਰ 'ਚ ਕੀਤੀ, ਅਤੇ ਹੁਣ ਇੱਕ ਜਿਹੜੀ ਬੜੀ
ਦੁੱਖਦਾਈ ਤੇ ਅਣਸੁਖਾਵੀਂ ਘਟਨਾ ਹੋਈ ਹੈ ਵੀ ਕੱਲ ਨਾਭੇ ਆ ਸਕਿਉਰਟੀ ਗਾਰਡ ਆ ਜਿਹੜਾ ਉਹਦੇ ਚ ਮਾਰੀ ਗਿਆ। ਨਹੀਂ ਇਹਨਾਂ ਦੀ ਅੱਜ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੜਾ ਹੀ ਸ਼ੋਰਟ ਟਾਈਮ ਸੀ, ਕੱਲ੍ਹ ਫੜੇ ਆ, ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀਆਂ ਕਰਾਈਆਂ, ਰਾਤ ਸਾਰੀ ਰਾਤ ਪੁਲਿਸ ਲੱਗੀ ਰਹੀ ਹੈ ਜਿੱਥੇ ਇੱਥੇ ਇਹਨਾਂ ਨੇ ਦੱਸਿਆ, ਕਿਉਂਕਿ ਉਹ ਦੱਸਿਆ ਗਿਆ ਵੀ ਕਮਾਦ ਦੇ ਵਿੱਚ ਰੱਖੀ ਹੈ, ਸਾਰੀ ਰਾਤ ਲੱਗ ਕੇ ਪੁਲਿਸ ਨੇ ਉਹਦੇ 'ਚੋਂ ਇਹਨੂੰ ਜਗ੍ਹਾ ਆਇਡੈਂਟੀਫਾਈ ਕਰਕੇ ਵੈਪਨ ਉਹਦੇ 'ਚ ਪਿਸਤੌਲ ਉਹਦਾ ਜਿਹੜਾ ਟਰੰਕ ਅਤੇ ਪਲੱਸ ਸਵੇਰੇ ਇਹਨਾਂ ਦੇ ਜਿਹੜੇ ਅਕਾਊਂਟਸ ਜਿਹੜੇ ਇਹਨਾਂ ਨੇ ਜਿਹੜੇ ਅਪਡੇਟ ਕੀਤੇ ਜਿਹਦੇ 24 ਲੱਖ ਰੁਪਇਆ ਸੰਗਰੂਰ ਵਿਖੇ ਜਮ੍ਹਾਂ, ਉਹ ਅਸੀਂ ਸੀਜ਼ ਕਰਾਏ ਆ, ਅਸੀਂ ਪੁਲਿਸ ਰਿਮਾਂਡ ਲਵਾਂਗੇ। ਇਹਦੇ 'ਚ ਹੋਰ ਕਿਹੜੇ ਸਾਥੀ ਸੀ, ਕੋਈ ਇਹਨਾਂ ਨੂੰ ਫੈਸਿਲੀਟੇਟ ਜਾਂ ਸਪੋਰਟ ਕਰ ਰਿਹਾ, ਉਹਨਾਂ ਦਾ ਵੀ ਪਤਾ ਕਰਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ। ਇਸ ਜਿਹੜੀ ਵਾਰਦਾਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ, ਕੁਛ ਦਿਨ ਪਹਿਲਾਂ ਇਹਨਾਂ ਨੇ ਆ ਕੇ ਪ੍ਰੋਪਰ ਇਸ ਗੱਲ ਦੀ ਰੈਕੀ ਕੀਤੀ ਹੈ, ਜਿਹੜੀ ਕਿ ਉਹਦੇ ਵਿੱਚ ਰੈਕੀ ਕਰਕੇ ਸਾਰਾ ਉਸ ਗੱਲ ਦਾ ਪਤਾ ਕਰਾ ਕੇ ਵੀ ਕਿੱਥੋਂ ਕੈਸ਼ ਜਾਂਦਾ, ਕਿਵੇਂ ਉਹਨੂੰ ਲੋਡ ਕਰਦੇ ਆ। ਉਹ ਇੱਕ ਹੋਰ ਵੀ ਗੱਲ ਇਹ ਪਤਾ ਲੱਗੀ ਵੀ ਕਿਉਂਕਿ ਜਿਹੜੇ CCTV ਕੈਮਰੇ ਆ, ਜਿਹੜੇ SBI ਕਰੰਸੀ ਚੈਸਟ ਹੈ ਨਾਭੇ ਦੇ ਵਿੱਚ, ਜਿਹਦੇ ਉਹ CCTV ਕੈਮਰੇ ਨਹੀਂ ਲੱਗੇ ਗਏ, ਇਹਨਾਂ ਨੇ ਉਹਨੂੰ ਵੀ ਸੌਫਟ ਟਾਰਗੇਟ ਦੇ ਤੌਰ 'ਤੇ ਦੇਖ ਲਿਆ ਸੀ ਵੀ ਬਾਹਰ ਆਉਂਦਿਆਂ ਜਦੋਂ ਕੈਸ਼ ਉੱਥੋਂ ਲੋਡ ਕਰਦੇ ਆ ਵਹੀਕਲ ਦੇ ਵਿੱਚ, ਉਹ ਜਗ੍ਹਾ ਆਇਡੈਂਟੀਫਾਈ ਕਰਕੇ ਅਤੇ ਫਿਰ ਅੱਗੇ ਜਿੱਥੇ ਐਂਡ 'ਤੇ ਪਹੁੰਚਣਾ ਸੀ ਉੱਥੋਂ ਇਹਨਾਂ ਨੇ ਸੋਚਿਆ ਜਦੋਂ ਡਾਊਨਲੋਡ ਕਰਨਗੇ ਅਤੇ ਅੱਗੇ ਬੈਂਕ 'ਚ ਲੈ ਕੇ ਜਾਣਗੇ ਉਦੋਂ ਲੁੱਟ ਲਾਂਗੇ। ਦੇਖੋ ਜੋ ਵੀ ਕੋਈ ਇਹਦੇ ਬਾਰੇ ਮੈਂ ਲੰਮਾ ਚੌੜਾ ਕੁਛ ਕਈ ਗੱਲਾਂ ਡਿਪਾਰਟਮੈਂਟਲ ਤੌਰ 'ਤੇ ਅਸੀਂ ਨਹੀਂ ਦੱਸ ਸਕਦੇ, ਪਰ ਜਿਹਨੂੰ ਕਹਿ ਦਿਓ ਕੋਈ ਸਾਨੂੰ ਇੰਟੈਲੀਜੈਂਸ ਇਨਪੁੱਟ ਆਉਂਦੀ ਹੈ, ਅਸੀਂ ਉਹਦੇ ਮੁਤਾਬਕ ਜੋ ਵੀ ਬਣਦੇ ਸੁਰੱਖਿਆ ਇੰਤਜ਼ਾਮ ਆ ਅਸੀਂ ਉਹ ਕਰਦੇ ਹਾਂ, ਪਰ ਕੀ ਇਨਪੁੱਟ ਹੈਗਾ ਕੀ ਨਹੀਂ ਹੈਗਾ ਇਹ ਮੈਂ ਇੱਥੇ ਤੁਹਾਡੇ ਕੋਲ ਕੁਛ ਸ਼ੇਅਰ ਨਹੀਂ ਕਰ ਸਕਦਾ। ਹਾਂ, ਫੜੇ ਜਾਣ ਦਾ ਕਾਰਨ ਵੀ ਇਹਨਾਂ ਦੋਵਾਂ 'ਤੇ ਕੋਈ ਵੀ ਮੁਕੱਦਮਾ ਨਹੀਂ ਹਜੇ ਤੱਕ ਦਰਜ, ਜਿਹੜਾ ਮੁਕੱਦਮਾ ਨਾ ਦਰਜ ਹੋਣ ਕਰਕੇ ਕ੍ਰਿਮੀਨਲ ਬੈਕਗ੍ਰਾਊਂਡ ਦੇ ਵਿੱਚ ਕਿਸੇ ਵੀ ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫ ਹੈ ਜਿਹੜੀ ਕੋਈ ਕਿਤੇ ਪੁਲਿਸ ਤਫਤੀਸ਼ ਦੇ ਵਿੱਚ ਜਾਂ ਕਿਸੇ ਮੁਕੱਦਮੇ 'ਚ ਅਰੈਸਟ ਨਾ ਪੈਣ ਕਰਕੇ ਕੋਈ ਵੀ ਪੁਲਿਸ ਰਿਕਾਰਡ ਨਹੀਂ ਸੀ ਇਹਨਾਂ ਨਹੀਂ ਕੋਈ ਇਹਨੂੰ ਇਹਨਾਂ ਦੀ ਹੁਣ ਤੱਕ ਦੀ ਵਿੱਚ ਹਜੇ ਤੱਕ ਕੋਈ ਮਿਲੀਟੈਂਸ ਬੈਕਗ੍ਰਾਊਂਡ ਨਹੀਂ ਆਇਆ, ਪਰ ਕਿਹੜਾ ਸੋਸ਼ਲ ਮੀਡੀਆ ਯੂਜ਼ ਕਰਦੇ ਸੀਗੇ ਅਤੇ ਕਿਵੇਂ ਕਿਹਨਾਂ ਨਾਲ ਤਾਲਮੇਲ ਕਰਦੇ ਸੀ, ਕੀ ਇਹਨਾਂ ਦੇ ਅਕਾਊਂਟ ਸੀ, ਅਸੀਂ ਉਹਨੂੰ ਘੰਗਾਲਾਂਗੇ ਅਤੇ ਉਹਦੇ ਤੋਂ ਪਤਾ ਲੱਗੂਗਾ ਵੀ ਅੱਗੇ ਕੀ। ਥੈਂਕ ਯੂ ਸੋ ਮਚ ਜੀ, ਤੁਹਾਡਾ ਆਇਆਂ ਦਾ ਬਹੁਤ ਬਹੁਤ ਜੀ ਆਇਆਂ ਅਤੇ